ਤਾਂ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਗੈਂਗਵਾਰ ਹੋਈ ਹੈ। ਸਮਰਾਲਾ ਚੌਂਕ ਦੇ ਵਿੱਚ ਦੋ ਨੌਜਵਾਨਾਂ ਦੇ ਗੁੱਟ ਆਪਸ ਦੇ ਵਿੱਚ ਲੜੇ ਨੇ, ਤਾਂ ਦੱਸ ਦਈਏ ਕਿ ਨੌਜਵਾਨ ਨੂੰ ਕੁੱਟ ਕੁੱਟ ਕੇ ਤਲਵਾਰਾਂ ਵਿੰਗੀਆਂ ਕਰ ਦਿੱਤੀਆਂ ਨੇ, ਤਾਂ ਖੂਨ ਅਤੇ ਕੱਚ ਦੇ ਨਾਲ ਭਰ ਗਈ ਹੈ ਸੜਕ। ਤਾਂ ਮੌਕੇ ਤੇ ਖੜ ਕੇ ਦਰਸ਼ਕ ਬਣ ਕੇ ਪੁਲਿਸ ਦੇਖਦੀ ਰਹੀ, ਕਿਉਂਕਿ ਸਮਰਾਲਾ ਚੌਂਕ ਵਿਖੇ ਚੌਂਕੀ ਹੈ ਪੁਲਿਸ ਦੀ, ਜਿੱਥੇ ਪੁਲਿਸ 24/7 ਤੈਨਾਤ ਰਹਿੰਦੀ ਹੈ। ਤਾਂ ਚਸ਼ਮਦੀਦਾ ਦਾ ਇਹੀ ਕਹਿਣਾ ਹੈ ਕਿ ਪੁਲਿਸ ਮਹਿਜ਼ ਦਰਸ਼ਕ ਬਣ ਕੇ ਰਹਿ ਗਈ। ਤਾਂ ਲੁਧਿਆਣਾ ਦੇ ਸਮਰਾਲਾ ਚੌਂਕ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਦੋ ਗੁੱਟਾਂ ਦੀ ਖੂਨੀ ਝੜਪ ਹੋਈ ਹੈ, ਜਿਸ ਦੇ ਵਿੱਚ ਤਲਵਾਰਾਂ ਵਿੰਗੀਆਂ ਹੋ ਗਈਆਂ ਅਤੇ ਕਈ ਨੌਜਵਾਨ ਪੁਲ ਦੇ ਉੱਤੋਂ ਦੀ ਖੜ ਕੇ ਹੇਠਾਂ ਬੋਤਲਾਂ ਸਿੱਟ ਰਹੇ ਸੀ, ਜਿਸ ਕਰਕੇ ਪੂਰੀ ਰੋਡ 'ਤੇ ਕੱਚ ਹੀ ਕੱਚ ਹੋ ਗਿਆ ਏ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੱਡ ਅੱਡ ਐਂਗਲ ਤੋਂ, ਕਿਉਂਕਿ ਜਿਹੜੇ ਲੋਕ ਮੌਕੇ 'ਤੇ ਮੌਜੂਦ ਸੀ ਉਹਨਾਂ ਨੇ ਆਪਣੇ ਮੋਬਾਈਲ ਫੋਨਸ ਦੇ ਵਿੱਚ ਇਹ ਤਸਵੀਰਾਂ ਕੈਦ ਕਰ ਲਈਆਂ, ਕਿਉਂਕਿ ਦੇਖ ਸਕਦੇ ਹੋ ਕਿੰਨੀ ਬੁਰੀ ਤਰੀਕੇ ਦੇ ਨਾਲ ਇੱਕ ਸ਼ਖਸ ਨੂੰ ਕੁੱਟਿਆ ਜਾ ਰਿਹਾ ਏ। ਉਸ ਦੇ ਬੰਦੇ ਵੀ ਆਉਂਦੇ ਨੇ, ਉਹ ਵੀ ਹਮਲਾ ਕਰਦੇ ਨੇ, ਪਰ ਮੌਕੇ ਤੋਂ ਉਹਨਾਂ ਨੂੰ ਭੱਜਣਾ ਪੈ ਜਾਂਦਾ ਏ। ਤਾਂ ਇੱਕ ਨੌਜਵਾਨ ਅੰਤ ਦੇ ਵਿੱਚ ਸੜਕ 'ਤੇ ਪਿਆ ਰਿਹਾ, ਜਿਸ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਬੜੀ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ ਏ। ਤਾਂ ਘੱਟੋ ਘੱਟ ਇੱਕ ਘੰਟਾ ਟ੍ਰੈਫਿਕ ਜਾਮ ਲੱਗਿਆ ਰਿਹਾ। ਪੁਲਿਸ ਦਾ ਇਸ ਉੱਪਰ ਕੀ ਕਹਿਣਾ ਉਹ ਵੀ ਸੁਣਾਵਾਂਗੇ। ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਸਾਹਮਣੇ ਆ ਰਹੀਆਂ ਨੇ। ਉੱਪਰੋਂ ਜੀ 15-20 ਮੁੰਡੇ ਉੱਪਰੋਂ ਬੋਤਲਾਂ ਫਸਾਉਣ ਡੇ, 15-20 ਮੁੰਡੇ ਨੀਚੇ ਡਾਂਗਾ ਕਿਰਪਾਨਾ ਲੈ ਗਏ ਜੀ। ਸਰੇਆਮ ਜੀ ਆਪਸ 'ਚ ਇੱਕ ਦੂਸਰੇ ਦੇ, ਕੋਈ ਪਬਲਿਕ ਨਾ ਦੇਖੇ, ਕੋਈ ਕੁਛ ਨਾ ਦੇਖੇ ਜੀ, ਰੋਡ ਖਾਲੀ ਹੋ ਗਏ ਸੀ ਜੀ। ਵੈਸੇ ਚਲਾਣ ਕਰਨਾ ਹੋਵੇ ਪੁਲਿਸ ਵਾਲਾ ਨੇ ਮਿੰਟਾਂ ਸਾਹਮਣੇ ਆ ਜਾਂਦੇ ਜੀ। ਜਦੋਂ ਆਹ ਮੌਕਾ ਆਇਆ ਜੀ, ਅੱਧਾ ਘੰਟਾ ਕੋਈ ਪੁਲਿਸ ਵਾਲਾ ਨਹੀਂ ਤਾਂ ਫੜ ਗਿਆ ਜੀ। ਚਾਰ ਜਾਣੇ ਗਏ ਆ ਉਹਨਾਂ ਦੇ ਬੰਦੇ ਜਿਹੜੇ ਇੱਧਰੋਂ ਆਏ ਆ। ਅੱਛਾ, ਕਿਰਪਾਨਾ ਲੈਣ ਦੇ ਨਜ਼ਾਇਜ਼ ਸਟਾਰਟ ਕੀਤੀ ਉਹਨਾਂ ਨੇ, ਸਟਾਰਟ ਕਰਕੇ ਫਿਰ ਗਏ ਆ ਇੱਧਰੋਂ। ਅੱਛਾ, ਬੋਤਲਾਂ ਦਾਦ ਸੀ, ਕਿਰਪਾਨਾ ਉੱਪਰੋਂ ਮਾਰੀਆਂ ਕੁੱਟ ਉੱਪਰੋਂ ਦੀ। ਸਿਰਫ ਜਾ ਰਹੇ ਸੀਗੇ, ਇਨਸਾਨੀਅਤ ਦੇ ਨਾਤੇ ਆਪਾਂ ਖੜੇ ਆ ਤੇ ਬਾਈ ਦੇ ਸੱਟਾਂ ਸੁੱਟਾਂ ਕਾਫੀ ਜਾਣੀ ਕਿ ਲੱਗ ਗਈਆਂ ਸੀਗੀਆਂ, ਇੱਕੋ ਦਮ ਬੇਸੁੱਧ ਪਿਆ ਸੀਗਾ। ਠੀਕ ਹੈ ਜੀ, ਤੇ ਕੋਲੇ ਗਏ ਆ ਜਾ ਕੇ ਠਾਲਿਆ, ਪਾਣੀ ਵਗੈਰਾ ਪਿਲਾਇਆ, ਪੁਲਿਸ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚੋਂ ਮੁਲਾਜ਼ਮ ਵੀ ਪਹੁੰਚ ਗਏ ਸੀਗੇ ਟਾਈਮ ਦੇ ਉੱਤੇ। ਕਿੰਨੇ ਕੁ ਵਜੇ ਦਾ ਟਾਈਮ ਸੀ ਇਹ? ਟਾਈਮ ਮੇਰੇ ਹਿਸਾਬ ਨਾਲ ਜੀ 4-4:30 ਦੇ ਲਵੇ ਤਵੇ ਦਾ ਆਉਣਾ ਵਾ ਟਾਈਮ ਮੇਰੇ। ਠੀਕ ਹੈ ਜੀ, ਤੱਕ ਲੱਗਦਾ ਮੈਨੂੰ। ਕਿੰਨੇ ਕੁ ਮੁੰਡੇ ਸੀ ਉਹ? ਮੁੰਡੇ ਮੇਰੇ ਹਿਸਾਬ ਨਾਲ ਹੋਣਗੇ ਜੀ 10-12 ਤਾਂ ਹੋਣਗੇ। ਕਿਸ ਚੀਜ਼ ਨਾਲ ਹਮਲਾ ਕਰ ਰਹੇ ਸੀ ਉਹ? ਬੰਦੇ ਦੀ ਜਾਨ ਬਚ ਸਕਦੀ ਆ, ਤਾਂ ਆਹ ਦੇਖੋ ਆਹ ਬਾਈ ਵੀ ਸੀਗਾ ਨਾਲ ਸਾਡੇ ਆਇਆ ਉੱਥੇ ਹੀ। ਬਾਈ ਜਦੋਂ ਆਇਆ ਬਚਾਉਣ ਆਇਆ, ਬਚਾਉਣ ਆਇਆ, ਇਹਨਾਂ ਦੇ ਵੀ ਸੱਟਾਂ ਖਾਵੀ ਲੱਗੀਆਂ, ਉਂਗਲ ਪਾੜਤੀ ਇੱਕ ਦੂਜਾ ਬਾਈ ਉਹਨਾਂ ਦੇ ਸਿਰ ਤੇ, ਆਹ ਬਾਈ ਦੇ। ਅੱਛਾ ਜੀ, ਇਹਨਾਂ ਦੇ ਸਿਰ ਤੇ ਮਾਰੇ ਜਿਹੜੇ ਚੰਡੀਗੜ੍ਹ ਰੋਡ ਤੋਂ ਆਏ ਇੱਕਦਮ। ਅੱਛਾ ਜੀ, ਇਹ ਵੀ ਖੜੇ, ਇਹ ਵੀ ਨਹੀਂ ਸਿਰਫ ਖੜੇ ਹੀ ਸੀਗੇ ਅਸੀਂ ਤੇ ਇਹ ਖੜੇ ਸੀ ਇਹਨਾਂ ਦੇ ਜਾ ਰਹੇ। ਇਹ ਗੱਲ ਕੀ ਹੈ, ਕੋਈ ਰੰਜੀਸ਼ ਸੀ ਕੀ ਸੀ, ਹੈ ਕੀ ਸੀ ਮੈਟਰ? ਭਾਈ ਇਹ ਤਾਂ ਸਾਨੂੰ ਕੁਝ ਨਹੀਂ ਪਤਾ, ਹੁਣ ਰਾਹ ਕੀ ਰਾਹ ਸੀ ਤਾਂ। ਅੱਛਾ ਜੀ, ਠੀਕ ਹੈ ਜੀ, ਸਿਰਫ ਇਨਸਾਨੀਅਤ ਦੇ ਨਾਤੇ ਮਦਦ ਕਰਨ ਲਈ ਖੜ ਗਏ ਵੀ ਕਾਹਨੂੰ ਕਿਸੇ ਮਾਂ ਦਾ ਪੁੱਤ ਹੋਣਾ, ਠੀਕ ਹੈ ਜੀ, ਕਿਸੇ ਭੈਣ ਦਾ ਭਾਈ ਹੋਣਾ ਬਚ ਜੂਗਾ। ਇਸ ਟਾਈਮ ਹਾਲਾਤ ਕੀ ਹੈ ਮੁੰਡੇ ਦੇ? ਹਾਲਾਤ ਤਾਂ ਜੀ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਜੀ।
ਹੁਣ ਰੈਫਰ ਕਰਤਾ ਇਹਨਾਂ ਨੇ? ਹਾਂ, ਕਿਹੜੀ ਜਗ੍ਹਾ ਤੇ ਲੈ ਗਏ ਮੁੰਡੇ ਨੂੰ? ਇਹ ਨਹੀਂ ਸਰ ਪਤਾ ਹੁਣ ਕਿੱਥੇ, ਮੇਰੇ ਨਾਲ ਸੀਐਮਸੀ ਲੈ ਗਏ ਨੇ, ਡੀਐਮਸੀ ਵੱਲੋਂ ਸਿਵਲ ਦਾ ਹੀ ਆ, ਸੀਐਮਸੀ ਲੈ ਕੇ ਗਏ, ਸੀਐਮਸੀ ਲੈ ਕੇ ਗਏ ਨਹੀਂ ਡੀਐਮਸੀ ਆਪ ਤੇ ਲੜਾਈ ਝਗੜ ਹੋਇਆ ਤੇ ਪੁਲਿਸ ਤਾਂ ਮੌਜੂਦ ਰਹਿੰਦੀ ਹੈ 24 ਘੰਟੇ ਇੱਥੇ ਜੀ, ਉੱਚੇ ਥੋੜੀ ਸੀ ਯਾਰ, ਅਸੀਂ ਤਾਂ ਚੌਂਕ ਤੇ ਸੀਗੇ। ਹਾਂਜੀ, ਸਮਰਾਲਾ ਚੌਂਕ ਹੱਬ ਕਿਹਾ ਜਾਂਦਾ, ਹੱਬ ਕਿਹਾ ਜਾਂਦਾ ਇਹਨੂੰ, ਠੀਕ ਹੈ। ਫਿਰ ਵੀ ਪੁਲਿਸ ਲੋਕਾਂ ਦੇ ਕਹਿਣ ਦੇ ਮੁਤਾਬਿਕ ਕੀ ਕਹਿੰਦੇ 10 ਤੋਂ 15 ਮਿੰਟ ਬਾਅਦ ਪੁਲਿਸ ਆਈ ਹੈ ਜੀ। ਇਹ ਅਸੀਂ ਜੀ ਆਏ ਤਾਂ ਉਹ ਨਿਕਲ ਗਏ ਬੰਦੇ, ਨਹੀਂ ਤਾਂ ਲੜਾਈ ਹੋਈ ਤਾਂ ਟ੍ਰੈਫਿਕ ਜਾਮ ਹੋ ਗਿਆ ਸੀ ਇੱਕੋ ਦਮ ਜੀ। ਲੜਾਈ ਸੀਗੀ, ਚੱਲੀ ਥੋੜ੍ਹਾ ਜਾਮ ਹੋ ਗਿਆ, ਜਾਮ ਦੇ ਕਰਕੇ ਥੋੜ੍ਹਾ ਅਸੀਂ ਵੀ 2-4 ਮਿੰਟ ਦੇ ਵਿੱਚ ਫਿਰ ਵੀ ਪਹੁੰਚ ਗਏ ਟਾਈਮ ਨੂੰ। ਪਹਿਲਾਂ ਤਾਂ ਇਨਫੋਰਮੇਸ਼ਨ ਨਹੀਂ ਗੱਲ, ਕਿੰਨੇ ਕੁ ਬੰਦੇ ਸੀਗੇ ਜੀ ਕਹਿੰਦੇ? ਬੰਦੇ ਸਾਨੂੰ ਤਾਂ ਦੱਸਣ ਡੇ ਕਹਿੰਦੇ 5-7 ਬੰਦੇ ਸੀਗੇ, ਹਥਿਆਰਬੰਦ ਹੀ ਸੀਗੇ। ਅੱਛਾ ਜੀ। ਅਤੇ ਲੜਾਈ ਝਗੜਾ ਕਰਕੇ ਗਏ ਆ, ਕੋਈ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਊਗੀ, ਪੁਲਿਸ ਟੀਮਾਂ ਗਈਆਂ ਮਗਰ ਉਹਨਾਂ ਦੇ। ਠੀਕ ਹੈ, ਗਿਆ ਹਸਪਤਾਲ ਲੈ ਗਏ ਉਹਨੂੰ। ਬਾਕੀ ਕੋਈ ਬਣਦੀ ਕਾਰਵਾਈ ਹੋਣੀ ਇਹਨਾਂ ਦੇ ਖਿਲਾਫ਼, ਤੇ ਸਾਡੀਆਂ 2 ਪੁਲਿਸ ਟੀਮਾਂ ਗਈਆਂ ਮਗਰ ਉਹਨਾਂ ਦੇ। ਪੁਰਾਣੀ ਰੰਜਿਸ਼ ਜਾਪਦੀ ਹੈ। ਰੰਜਿਸ਼ਬਾਜ਼ੀ ਹੈ ਆਪਸ ਚ, ਰੰਜਿਸ਼ਬਾਜ਼ੀ ਹੁੰਦੀ ਹੈ, ਇੱਕ ਦੂਜੇ ਵਾਸਤੇ ਕਰਦਾ ਕੋਈ ਨਾ ਕੋਈ, ਜਿੱਦਾਂ ਕੋਈ ਸਪੋਰਟ ਹੈ ਸਪੋਰਟ ਦੇ ਨਾਲ ਕਰਦਾ, ਯਕਦਮ ਕਰਕੇ ਚਲੇ ਗਏ। ਨਹੀਂ ਨਾ 10-15 ਮਿੰਟ ਦੇ ਵਿੱਚ ਅਸੀਂ ਦਬੋਚ ਲੈਣੇ, ਆ ਕੈਮਰਾ ਲੱਗਾ ਕੈਮਰੇ 'ਚ ਆ ਜਾਂਦੇ। ਠੀਕ ਹੈ, ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ, ਪੂਰੀ ਕਾਰਵਾਈ, ਕਾਨੂੰਨੀ ਕਾਰਵਾਈ, ਬਣਦੀ ਕਾਰਵਾਈ ਹੋਣੀ ਹੈ, ਉਚਿਤ ਕਾਰਵਾਈ ਹੋਣੀ ਹੈ।